ਸਤਿ ਸ੍ਰੀ ਅਕਾਲ ਜੀ, ਹਰਜਿੰਦਰ ਵਾਲੀਆ ਸਤਿ ਸ੍ਰੀ ਅਕਾਲ ਜੀ, ਹਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਕੱਲ੍ਹ ਕਿਸਾਨ ਜਥੇਬੰਦੀਆਂ ਦੋ ਜਿਹੜੀਆਂ ਸ਼ੰਭੂ ਬਾਰਡਰ 'ਤੇ, ਖਨੌਰੀ ਬਾਰਡਰ ਜਾਂ ਸ਼ੰਭੂ ਰੇਲਵੇ ਟਰੈਕ 'ਤੇ ਬੈਠੀਆਂ ਨੇ, ਉਹਨਾਂ ਦੇ ਲੀਡਰ ਕੱਲ੍ਹ ਕਿਸਾਨ ਭਵਨ ਦੇ ਵਿੱਚ ਬੈਠੇ ਰਹੇ। ਤਿੰਨ ਚਾਰ ਕੁਰਸੀਆਂ ਲਾਈਆਂ ਹੋਈਆਂ ਸੀ, ਨਰਿੰਦਰ ਮੋਦੀ ਸਾਹਿਬ ਦੀ, ਅਮਿਤ ਸ਼ਾਹ ਦੀ, JP ਨੱਡਾ ਦੀ, ਅਤੇ ਨਾਲ ਅਰਜਨ ਮੁੰਡਾ ਦੀ, ਅਤੇ ਨਾਲ ਇੱਕ ਕੁਰਸੀ ਸੁਨੀਲ ਜਾਖੜ ਸਾਹਿਬ ਦੀ ਵੀ ਸੀ। ਕਹਿੰਦੇ ਅਸੀਂ 4 ਘੰਟੇ ਉਡੀਕਿਆ, ਕੋਈ ਨਹੀਂ ਆਇਆ ਭਾਰਤੀ ਜਨਤਾ ਪਾਰਟੀ ਦਾ ਲੀਡਰ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ, ਕੋਈ ਨਹੀਂ ਬੋਲਿਆ। ਔਰ ਸਵਾਲਾਂ ਦੇ ਜਵਾਬ ਦੇ ਵੀ ਨਹੀਂ ਸਕਦੇ, ਜਵਾਬ ਹੈ ਨਹੀਂ ਨਾ, ਕੀ ਦੇਣਗੇ। ਲੇਕਿਨ ਇੱਕ ਸਵਾਲ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਕੀ ਕਿਸਾਨਾਂ ਨੂੰ, ਕੀ ਆਮ ਲੋਕਾਂ ਨੂੰ, ਕੀ ਵੋਟਰ ਨੂੰ ਸਵਾਲ ਕਰਨ ਦਾ ਅਧਿਕਾਰ ਹੈ? ਜੇ ਹੈ ਤਾਂ ਉਹ ਸਵਾਲ ਕਿਵੇਂ ਕਰੇ? ਇਹਦੀ ਅੱਜ ਆਪਾਂ ਚਰਚਾ ਕਰਨੀ ਹੈ। ਇਸ ਤੋਂ ਪਹਿਲਾਂ ਕਿ ਮੈਂ ਵੀਡੀਓ ਦੇ ਵਿੱਚ ਇਹ ਗੱਲ ਸ਼ੁਰੂ ਕਰਾਂ, ਇੱਕ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹੈ ਕਿ ਪਿਆਰੇ ਦਰਸ਼ਕੋ, ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ। ਰਹੀ ਗੱਲ ਸਵਾਲ ਕਰਨ ਦੀ, ਸਵਾਲ ਬਹੁਤ ਹੋ ਰਹੇ ਨੇ, ਲੋਕ ਉੱਠ ਖੜ੍ਹੇ ਨੇ, ਲੋਕ ਸਵਾਲ ਕਰਨਗੇ ਆਉਣ ਵਾਲੇ ਟਾਈਮ 'ਚ, ਹੋਰ ਵੀ ਸਵਾਲ ਕਰਨਗੇ। ਇਹ ਤਾਂ ਸਵਾਲ ਜਿਹੜੇ ਕਿਸਾਨ ਜਥੇਬੰਦੀਆਂ ਕਰਦੀਆਂ ਨੇ, ਆਮ ਲੋਕ ਵੀ ਕਰਨ ਲੱਗ ਗਏ। ਹੁਣ ਤੁਸੀਂ ਦੇਖਿਆ ਨਹੀਂ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਗਿਆ, ਜੋੜੇ ਸਾਫ਼ ਕਰਨ ਗਿਆ, ਮਾਫ਼ੀ ਮੰਗਣ ਗਿਆ। ਜੋ ਭਾਈਚਾਰਾ ਰਾਮਗੜੀਆ ਉਹਦੇ ਖਿਲਾਫ਼ ਹੋਇਆ, ਸਵਰਨਕਾਰਾਂ ਤੋਂ ਮਾਫ਼ੀ ਤਾਂ ਉਹਨੇ ਖੈਰ ਖੁੱਲ੍ਹੇ ਦਿਲ ਨਾਲ ਮੰਗੀ, ਔਰ ਕਿਹਾ ਕਿ ਜੀ ਮੈਨੂੰ ਰੱਬ ਜਿਹੜਾ ਹੈ ਗੁਰੂ ਰਾਮਦਾਸ ਇੰਨੀ ਕੁ ਮੱਤ ਬਖਸ਼ੇ ਕਿ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗੱਲ ਨਾ ਕਰਾਂ, ਕਿਸੇ ਦੇ ਖਿਲਾਫ਼ ਨਾ ਬੋਲਾਂ। ਉਹ ਤਾਂ ਇੱਕ ਪੱਖ ਹੈ, ਲੇਕਿਨ ਜਿਹੜੀ ਦੂਜੀ ਗੱਲ ਹੈ ਕਿ ਉੱਥੇ ਤੁਰੇ ਜਾਂਦੇ ਨੂੰ ਇੱਕ ਮੁੰਡਾ ਕਹਿੰਦਾ ਮੰਤਰੀ ਜੀ ਇਹ ਤਾਂ ਦੱਸੋ, ਤੁਸੀਂ ਤਾਂ ਆਏ ਸੀ ਨਸ਼ੇ ਨੂੰ ਖਤਮ ਕਰਨ ਲਈ, ਨਸ਼ਾ ਕਿਉਂ ਨਹੀਂ ਖਤਮ ਹੋਇਆ? ਕੋਈ ਜਵਾਬ ਨਹੀਂ ਸੀ, ਜਵਾਬ ਤਾਂ ਕਿਸੇ ਦੇ ਕੋਲ ਕੋਈ ਹੈ ਹੀ ਨਹੀਂ। ਇਹੀ ਤਾਂ ਕਮਾਲ ਹੈ, ਆਮ ਬੰਦੇ ਦਾ ਜਵਾਬ ਛੱਡੋ। ਕਮਰ ਵਿਜੇ ਪ੍ਰਤਾਪ ਨੇ ਜਿਸ ਕਿਸਮ ਦੇ ਸਵਾਲ ਕੱਲ੍ਹ ਖੜ੍ਹੇ ਕੀਤੇ ਨੇ, ਭਗਵੰਤ ਸਿੰਘ ਮਾਨ ਕੋਲ ਜਵਾਬ ਉਹਦਾ ਵੀ ਨਹੀਂ। ਪਹਿਲਾਂ ਜਦੋਂ ਪੁੱਛਿਆ ਸੀ ਕਹਿੰਦੇ ਜੀ ਨਿੱਜੀ ਰਾਏ ਹੈ, ਨਿੱਜੀ ਰਾਏ ਤੋਂ ਬਾਅਦ ਜੋ ਕੁਛ ਕਮਰ ਵਿਜੇ ਪ੍ਰਤਾਪ ਨੇ ਕਿਹਾ, ਜਿਸ ਕਿਸਮ ਦੀਆਂ ਗੱਲਾਂ ਕੀਤੀਆਂ, ਹੁਣ ਕਹਿੰਦੇ ਮੇਰੀ ਨਿੱਜੀ ਰਾਏ ਹੋ ਗਈ। ਜਦੋਂ ਥਾਂ ਥਾਂ 'ਤੇ ਮੇਰੀਆਂ ਫੋਟੋਆਂ ਲਾਈਆਂ ਸੀ, ਹਰ ਚੌਕ ਚੁਰਾਹੇ 'ਤੇ ਮੇਰੇ ਨਾਂ 'ਤੇ ਵੋਟਾਂ ਮੰਗਦੇ ਸੀ, ਬੇਅਦਬੀ ਦੀ ਗੱਲ ਕਰਦੇ ਸੀ, ਹੁਣ ਤੁਸੀਂ ਬੇਅਦਬੀ ਦੀ ਗੱਲ ਹੀ ਨਹੀਂ ਕਰਦੇ ਅਤੇ ਕੇਸ ਕਮਜ਼ੋਰ ਕਰਤਾ, ਮੈਨੂੰ ਖੁਦ ਕਾਲਾ ਕੋਟ ਪਾ ਕੇ ਜਾਣਾ ਪੈ ਰਿਹਾ। ਅਤੇ ਗੱਲ ਤਾਂ ਤੁਹਾਨੂੰ ਵੀ ਪਤਾ, ਸਵਾਲ ਤਾਂ ਕਰਨ ਹੀ ਨਹੀਂ ਦਿੰਦੇ। ਜਾਨੀ ਕਿ MLA ਨੂੰ ਸਵਾਲ ਚੱਕ, ਉਹਨੇ ਤਾਂ ਇਹੀ ਕਿਹਾ ਸੀ ਕਿ ਮੈਨੂੰ ਵਿਧਾਨ ਸਭਾ 'ਚ 10 ਮਿੰਟ ਦੇ ਦਿਓ, ਉਹ ਨਹੀਂ ਦਿੱਤੇ। ਜਿਹੜੀ ਪਾਰਟੀਆਂ ਸਵਾਲ ਕਿਉਂ ਨਹੀਂ ਕਰਨ ਦਿੰਦੀਆਂ? ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ ਗੱਲ, ਕਮਾਲ ਇਹ ਹੈ ਕਿ ਜਦੋਂ ਮੈਂ ਚਰਚਾ ਪ੍ਰੋਗਰਾਮ ਕਰਦਾ ਡੇਲੀ, 4-5 ਬੰਦੇ ਬੁਲਾਉਣਾ, 4 ਪਾਰਟੀਆਂ ਦੇ ਬੰਦੇ ਬੁਲਾਉਣਾ, ਇੱਕ ਐਕਸਪਰਟ ਬੁਲਾਉਣਾ, ਪਾਰਟੀਆਂ ਜਿਸ ਦਿਨ ਕੋਈ ਵੀ ਪਾਰਟੀ ਜਿਹਦੇ ਖਿਲਾਫ਼ ਜਾਂਦੀ ਹੋਵੇ ਗੱਲ, ਜਿਸ ਨੂੰ ਜਵਾਬ ਦੇਣਾ ਪੈਂਦਾ ਹੋਵੇ, ਉਹ ਪਾਰਟੀ ਜਵਾਬ ਦੇ ਜਾਂਦੀ ਹੈ ਵੀ ਅੱਜ ਅਸੀਂ ਨਹੀਂ ਆਉਣਾ ਜੀ, ਸਾਡਾ ਕੋਈ ਬੰਦਾ ਨਹੀਂ ਆਊ। ਜਿਹੜੀ ਜਵਾਬਦੇਹੀ ਤੋਂ ਭੱਜਣ ਲੱਗ ਗਏ ਸਾਰੇ। ਖੈਰ, ਆਪਾਂ ਤਾਂ ਗੱਲ ਕਰ ਰਹੇ ਸੀ ਕਿ ਸਵਾਲ ਕਰਨ ਦਾ ਹੱਕ ਹੈ। ਵੱਡੇ ਸਵਾਲ ਨੇ ਇਹ ਕਿ ਵੋਟਰ ਜਿਹੜਾ ਹੈ ਬਿਲਕੁਲ ਉਹਨੂੰ ਖਤਮ ਕਰਤਾ, ਹਾਸ਼ੀਏ ਤੋਂ ਬਾਹਰ ਕਰਤਾ। ਪਹਿਲਾਂ ਤਾਂ ਕਹਿੰਦੇ ਸੀ ਹਾਸ਼ੀਏ 'ਤੇ ਆ ਗਿਆ, ਹੁਣ ਤਾਂ ਕਹਿੰਦੇ ਕਿਤੇ ਵੀ ਨਹੀਂ ਵੋਟਰ ਦੀ ਹੋਂਦ ਹੀ ਨਹੀਂ, ਆ ਤੁਹਾਡੇ ਸਾਹਮਣੇ ਹੈ ਜੋ ਕੁਛ ਸੂਰਤ 'ਚ ਹੋਇਆ ਹੈ। ਵੋਟਰ ਕਿੱਥੇ ਆ ਉੱਥੇ ਜੀ?
ਵੋਟਰ ਨੂੰ ਕਿਹਨੇ ਪੁੱਛਿਆ? 18 ਲੱਖ ਲੋਕਾਂ ਦੀ ਹਾਰ ਹੈ। ਬੀਜੇਪੀ ਜੋ ਮਰਜ਼ੀ ਜਸ਼ਨ ਮਨਾਈ ਚੱਲੇ ਕਿ ਜੀ ਮੁਕੇਸ਼ ਦਲਾਲ ਜਿੱਤ ਗਿਆ, ਜੀ ਬਿਨਾਂ ਮੁਕਾਬਲਾ ਜਿੱਤ ਗਿਆ। ਇਹ ਅਨੈਤਿਕ ਜਿੱਤ ਜਿਹੜੀ ਹੈ ਇਹ ਬਿਲਕੁਲ ਸਹੀ ਨਹੀਂ, ਗੈਰ ਕਾਨੂੰਨੀ ਵੀ ਹੈ। ਮਤਲਬ ਕੱਲ੍ਹ ਵੋਟਰ ਮੈਂ ਕਹਿੰਦੇ ਸੁਣੇ ਗਏ ਕਿ ਜੀ ਅਸੀਂ ਤਾਂ ਨੋਟਾਂ ਨੂੰ ਪਾਉਣੀ ਸੀ, ਤੁਸੀਂ ਸਾਡੀ ਤੁਸੀਂ ਰੱਦ ਕਰਦੇ ਤਾਂ ਠੀਕ ਸੀ, ਤੁਸੀਂ ਉਹਨੂੰ ਕਿਉਂ ਬਿਨਾਂ ਮੁਕਾਬਲਾ ਕਿਵੇਂ ਜਿਤਾਤਾ ਜੀ? ਇਹ ਤਾਂ ਕਾਨੂੰਨ ਤੌਰ 'ਤੇ ਬਿਲਕੁਲ ਗਲਤ ਗੱਲ ਕੀਤੀ ਹੈ। ਭਾਈ ਵੋਟਰ ਨੂੰ ਪੁੱਛਦਾ ਕੌਣ ਹੈ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹਦਾ ਐਮ ਪੀ ਜਿੱਤਣ ਹੈ। ਕਮਾਲ ਦੀਆਂ ਗੱਲਾਂ ਕਰਦੇ ਹੋ, ਅਸੀਂ ਤਾਂ ਰੌਲਾ ਪੈ ਰਿਹਾ ਕਿ ਜੀ ਜੇ ਕੁਛ ਹੋਇਆ ਅਸੀਂ ਐਂ ਹੋਇਆ ਕਰੂ, ਅਸੀਂ ਜਿੱਤ ਜਾਇਆ ਕਰਨਗੇ। ਇਹ ਤੁਹਾਨੂੰ ਜਿਹੜਾ ਹੈ ਇਹ ਦੇਖਣ ਵਾਲੀ ਗੱਲ ਹੈ, ਇਹ ਗੱਲ ਸੱਚਮੁੱਚ ਐਂ ਹੋਇਆ ਕਰੂ ਜੇ ਨਾ ਆ ਤੁਹਾਡੇ ਸਾਹਮਣੇ ਹੈ। ਇਹ ਤਾਂ ਚੰਡੀਗੜ੍ਹ ਨਾਲੋਂ ਵੀ ਲੋਕ, ਸੁਪਰੀਮ ਕੋਰਟ ਨੇ ਕਿਹਾ ਸੀ ਨਾ ਚੰਡੀਗੜ੍ਹ ਦੇ ਵਿੱਚ ਲੋਕਤੰਤਰ ਦਾ ਕਤਲ ਹੈ, ਹੋਰ ਕਤਲ ਕਿਵੇਂ ਹੁੰਦਾ? ਆਹ ਕੀ ਹੋਇਆ ਉੱਥੇ? ਖੈਰ ਆਪਾਂ ਫਿਰ ਉੱਥੇ ਆਈਏ, ਮੁੱਦੇ 'ਤੇ ਆਈਏ। ਕੀ ਵੋਟਰ ਉੱਥੇ ਸਵਾਲ ਕਰ ਸਕਦਾ ਵੀ ਅਸੀਂ ਕਿੱਥੇ ਹਾਂ? ਕਰਨਾ ਸ਼ੁਰੂ ਕੀਤਾ ਵੈਸੇ। ਅਤੇ ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ 4 ਘੰਟੇ ਬੈਠੀਆਂ ਰਹੀਆਂ ਚੰਡੀਗੜ੍ਹ ਕਿਸਾਨ ਭਵਨ 'ਚ, ਨਹੀਂ ਕੋਈ ਆਇਆ, ਨਹੀਂ ਆਊਗਾ। ਅਤੇ ਹੁਣ ਹੋ ਕੀ ਰਿਹਾ ਕਿ ਜਿੱਥੇ ਵੀ ਜਾਂਦੇ ਨੇ ਲੋਕ ਇਹ ਕਹਿੰਦੇ ਨੇ ਜੀ ਇਹ ਤਾਂ ਵਿਰੋਧ ਕਰ ਰਹੇ ਨੇ। ਉਹ ਭਾਈ ਸਵਾਲ ਕਰਨ ਅਤੇ ਵਿਰੋਧ ਕਰਨ 'ਚ ਫਰਕ ਹੈ। ਲੋਕਤੰਤਰ 'ਚ ਸਵਾਲ ਕਰਨਾ ਹੱਕ ਹੁੰਦਾ ਵੋਟਰ ਦਾ, ਪੁੱਛਣਾ ਤੁਹਾਡਾ ਵਿਜ਼ਨ ਕੀ ਹੈ ਇਹਦੇ ਬਾਰੇ, ਦੱਸੋ ਤੁਸੀਂ ਪੰਜਾਬ ਦੇ ਪਾਣੀਆਂ ਬਾਰੇ ਤੁਸੀਂ ਕੀ ਸੋਚਦੇ ਹੋ, ਅੰਡਰਗਰਾਊਂਡ ਵਾਟਰ ਬਾਰੇ ਤੁਹਾਡਾ ਕੀ ਖਿਆਲ ਹੈ, ਪੰਜਾਬ ਦੀ ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਲੈ ਕੇ ਦਿਓਗੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ, ਆਪਦਾ ਦੱਸੋ ਤੁਸੀਂ। ਇਕੱਲੀ ਇਕੱਲੀ ਪਾਰਟੀ ਨੂੰ ਪੁੱਛੋ, ਨਹੀਂ ਪੁੱਛਦੇ। ਮੈਂ ਤਾਂ ਇੱਕ ਡਿਬੇਟ ਕਰਾਈ, ਡਿਬੇਟ ਦੇ ਵਿੱਚ ਆਪਸ 'ਚ ਲੜ ਪਈ ਹੈ ਪੋਲੀਟੀਕਲ ਪਾਰਟੀਆਂ, ਇੱਕ ਦੂਜੇ 'ਤੇ ਇਲਜ਼ਾਮ ਲਾਉਣ ਲੱਗ ਗਈਆਂ। ਮੈਂ ਸਿਰਫ ਇਹ ਜ਼ਰੂਰ ਕਹਿਣਾ ਕਿ ਇਸ ਤਰ੍ਹਾਂ ਨਹੀਂ ਹੋਣਾ। ਜੇ ਅਸੀਂ ਚਾਹੁੰਦੇ ਹਾਂ ਤਾਂ ਮੈਂ ਉਹਨਾਂ ਨੂੰ ਔਫਰ ਕੀਤਾ, ਸਾਰੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਜ਼ ਨੂੰ ਔਫਰ ਕਰਦਾ ਅਤੇ ਲੋਕਾਂ ਨੂੰ ਕਿ ਜੇ ਊਂ ਤਾਂ ਇਕੱਠੇ ਨਹੀਂ ਹੋਣਾ, ਊਂ ਤਾਂ ਤੁਸੀਂ ਕਾਲੀਆਂ ਝੰਡੀਆਂ ਦਿਖਾਓਗੇ, ਇਹਨਾਂ ਨੇ ਤੁਹਾਡਾ ਕੋਈ ਜਵਾਬ ਨਹੀਂ ਦੇਣਾ। ਇੱਕ ਫਾਇਦਾ ਹੋ ਸਕਦਾ ਤੁਹਾਡੇ, ਤੁਸੀਂ ਆਪ ਦੇਖ ਲਿਆ ਵੀ ਆ ਕੇ ਸਾਡੇ ਨਾਲ ਬਹਿਸ ਕਰੋ, ਕਿਸੇ ਨੇ ਨਹੀਂ ਆਉਣਾ। ਤੁਸੀਂ ਮੈਨੂੰ ਭੇਜੋ ਸਵਾਲ, ਇਹਨਾਂ ਨੂੰ ਕਹੋ, ਜੇ ਤਾਂ ਚੋਣ ਕਮਿਸ਼ਨ ਵੀ ਕਹਿ ਸਕਦਾ ਕਿ ਤੁਸੀਂ ਆਪਸ 'ਚ ਬਹਿਸ ਕਰੋ। ਅਸੀਂ ਤਾਂ ਜਿਸ ਧਰਤੀ 'ਤੇ ਬੈਠੇ ਹਾਂ ਬਾਬਾ ਨਾਨਕ ਦੀ ਧਰਤੀ ਹੈ, ਅਤੇ ਬਾਬਾ ਨਾਨਕ ਨੇ ਤਾਂ ਸਾਨੂੰ ਸੁਨੇਹਾ ਦਿੱਤਾ, ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਸ ਨੂੰ ਕੁਛ ਕਹੀਏ, ਅਸੀਂ ਤਾਂ ਗੱਲ ਕਰੀਏ। ਮੈਂ ਤਾਂ ਬਹੁਤ ਵਾਰ ਕਿਹਾ ਆਪਾਂ ਲੰਗਰ ਲਾਈ ਜਾਂਦੇ ਥਾਂ ਥਾਂ, ਬਾਬੇ ਨੇ ਸੰਵਾਦ ਦਾ ਲੰਗਰ ਲਾਉਣ ਨੂੰ ਵੀ ਤਾਂ ਕਿਹਾ ਕਿ ਆਪਣੇ ਡਾਇਲਾਗ ਕਰੋ, ਸੰਵਾਦ ਕਰੋ, ਆਪ ਬਾਬਾ ਜਾ ਕੇ ਕਰਦਾ। ਧੁਰ ਵਿਰੋਧੀਆਂ ਦੇ ਘਰ 'ਚ ਜਾ ਕੇ ਵਿਰੋਧ ਕੀਤਾ ਤਾਂ ਸੰਵਾਦ ਕੀਤਾ, ਅਤੇ ਬਾਬੇ ਤੋਂ ਸਿੱਖ ਲਈਏ ਕਿ ਅਸਹਿਮਤੀ ਨਹੀਂ ਵੀ ਹੈ, ਕਿਤੇ ਸਹਿਮਤੀ ਨਹੀਂ ਹੈ, ਅਸਹਿਮਤੀ ਵੀ ਕਿਵੇਂ ਪ੍ਰਗਟਾਉਣੀ ਹੈ ਇਹਦੀ ਕਲਾ ਬਾਬੇ ਤੋਂ ਸਿੱਖ ਲਈਏ ਆਪਾਂ। ਅਤੇ ਨਹੀਂ ਇੱਥੇ ਤਾਂ ਫਿਰ ਜੇ ਕੋਈ, ਹੁਣ ਕੀ ਹੋ ਰਿਹਾ, ਜੇ ਕੋਈ ਪੁੱਛਦਾ ਸਵਾਲ ਇਹ ਜੀ ਦੂਜੇ ਪਾਰਟੀ ਨੇ ਭੇਜਿਆ ਹੋਇਆ ਬੰਦਾ, ਇਹ ਕਹਿ ਕੇ ਉਹਨੂੰ ਬਿਠਾ ਦਿੰਦੇ ਨੇ, ਜਾਂ ਫਿਰ ਉਹਦੀ ਕੁੱਟਮਾਰ ਕਰ ਦਿੰਦੇ ਨੇ, ਜਾਂ ਬਾਅਦ 'ਚ ਕੁੱਟਮਾਰ ਕਰ ਦਿੰਦੇ ਨੇ। ਆਹ ਜਿਹੜਾ ਧਰਮਗੜ੍ਹ 'ਚ ਹੋਇਆ ਉਹ ਇਸ ਤਰ੍ਹਾਂ ਹੋਇਆ, ਗੁਰਪ੍ਰੀਤ ਜੀਪੀ ਨੂੰ ਅਮਲੋਹ ਦੇ ਲਾਗੇ ਪਿੰਡ 'ਚ ਕਾਲੀਆਂ ਝੰਡੀਆਂ ਦਿਖਾਤੇ, ਦੂਜੇ ਨੂੰ ਬੰਦੇ ਨੂੰ ਫੜ ਕੇ ਕੁੱਟਤਾ। ਤਾਂ ਹੁਣ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਨਾ, ਅਤੇ ਉਹਦਾ ਕੋਈ ਤਰੀਕੇ ਤਾਂ ਹੋਣ। ਇੱਕ ਤਾਂ ਤਰੀਕਾ ਹੀ ਦੱਸਿਆ ਕਿ ਚੋਣ ਕਮਿਸ਼ਨ ਹੀ ਕਹਿ ਦੇ ਕਿ ਜੀ ਤੁਹਾਨੂੰ ਅਸੀਂ ਸਾਰੀਆਂ ਜਿਹੜੀਆਂ ਰਜਿਸਟਰਡ ਪਾਰਟੀਆਂ ਨੇ ਨੁਮਾਇੰਦਿਆਂ ਨੂੰ ਇਕੱਲੇ ਇਕੱਲੇ ਨੂੰ ਤੁਸੀਂ ਟੀ ਵੀ 'ਤੇ ਆ ਕੇ ਇੱਕ ਦੂਜੇ ਦੇ ਸਵਾਲਾਂ ਦੇ ਜਵਾਬ ਦਿਓਗੇ, ਔਰ ਤੁਸੀਂ ਲੋਕ ਫੈਸਲਾ ਕਰਨਗੇ ਜਿਵੇਂ ਵਿਚੋਰ ਡੈਮੋਕ੍ਰੇਸੀ 'ਚ ਹੁੰਦਾ, ਉੱਥੇ ਇਹਨਾਂ ਨੇ ਕਰਨਾ ਨਹੀਂ। ਇਹ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਕਿਵੇਂ ਕਰਨ। ਮੈਂ ਇੱਕ ਤਰੀਕਾ ਤੁਹਾਨੂੰ ਦੱਸਦਾ ਕਿ ਇਹ ਆਉਣ ਸਾਡੇ ਕੋਲ ਜਿਹੜੇ ਵੀ ਤੁਹਾਡੇ ਸਵਾਲ ਨੇ, ਮੈਂ ਪੁੱਛਾਂ ਸੁਨੀਲ ਜਾਖੜ ਸਾਹਿਬ ਨੂੰ, ਜਾਖੜ ਸਾਹਿਬ
ਬਾਕੀ ਗੱਲਾਂ ਛੱਡੋ, ਸਾਨੂੰ ਸਭ ਤੋਂ ਪਹਿਲੇ ਸਵਾਲ ਦਾ ਜਵਾਬ ਇਹ ਦਿਓ ਕਿ 13 ਫਰਵਰੀ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਸਹੀ ਸੀ ਜਾਂ ਗਲਤ ਸੀ? ਬਸ ਇੰਨੀ ਗੱਲ ਦਾ ਜਵਾਬ ਦਿਓ। ਬੋਲੋ ਸਾਖੜ ਸਾਹਿਬ ਹੁਣ ਕੀ ਬੋਲਦੇ ਨੇ, ਉਹ ਜਵਾਬ ਆ ਗਿਆ ਅਤੇ ਹੁਣ ਤੁਸੀਂ ਲੋਕਾਂ 'ਚ ਲੈ ਜਾਓ ਵੀ ਜਾਖੜ ਸਾਹਿਬ ਨੇ ਇਹ ਕਿਹਾ। ਆਪਾਂ ਪੁੱਛੀਏ ਕਿ ਵਾਅਦਾ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ MSP 'ਤੇ ਗਰੰਟੀ, ਕਾਨੂੰਨੀ ਗਰੰਟੀ ਦੇਵਾਂਗੇ, ਉਹਦੇ ਬਾਰੇ ਦੱਸੋ। ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ, ਦੱਸੋ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਅਸੀਂ ਪੁੱਛੀਏ ਨਾ ਅਤੇ ਲੋਕਾਂ 'ਚ ਜਾਵੇ, ਊਂ ਤਾਂ ਪੁੱਛਣ ਨਹੀਂ ਦੇਣਾ। ਤੁਸੀਂ ਜਿੰਨਾ ਮਰਜ਼ੀ ਇਹਨਾਂ ਦੇ ਨਾਅਰੇਬਾਜ਼ੀ ਕਰੀ ਜਾਓ, ਸਾਨੂੰ ਤੁਸੀਂ ਦਿੱਲੀ ਨਹੀਂ ਜਾਣ ਦਿੱਤਾ ਅਤੇ ਇਹ ਜਿਹੜਾ ਹੈ ਅਸੀਂ ਤੁਹਾਨੂੰ ਪਿੰਡ 'ਚ ਨਹੀਂ ਵੜਨ ਦੇਣਾ, ਠੀਕ ਹੈ। ਇਹ ਤਰੀਕੇ ਵੀ ਠੀਕ ਨੇ ਕਿ ਤੁਸੀਂ ਫਲੈਕਸ ਲਾ ਤੇ, ਵੱਡੇ ਵੱਡੇ ਬੋਰਡ ਲਾ ਤੇ, ਇਹ ਵੀ ਤਰੀਕਾ ਠੀਕ ਹੈ, ਮੈਂ ਨਹੀਂ ਕਹਿੰਦਾ ਗਲਤ ਹੈ। ਪਰ ਸਹੀ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਅਸੀਂ ਮੀਡੀਆ ਰਾਹੀਂ ਸਵਾਲ ਜਿਹੜੇ ਨੇ ਉਹਨਾਂ ਨੂੰ ਕਰੀਏ। ਅਤੇ ਹੁਣ ਤਾਂ ਇਹ ਹੈ ਕਿ ਉਹਨਾਂ ਨੇ ਮੀਡੀਆ ਖਰੀਦ ਲਿਆ, ਇਹ ਵੀ ਗੱਲ ਹੈ। ਕਿਹੜੇ ਮੀਡੀਆ ਰਾਹੀਂ? ਜਿਹਨੂੰ ਤੁਸੀਂ ਟੀਰਾ ਮੀਡੀਆ, ਗੁੱਦੀ ਮੀਡੀਆ ਕਹਿੰਦੇ ਹੋ, ਉੱਥੇ ਤਾਂ ਕਾਊਂਟਰ ਕੁਐਸਚਨ ਹੀ ਨਹੀਂ ਕਰਦਾ ਕੋਈ। ਆਹ ਹੁਣ 78 ਮਿੰਟ ਦੀ ਇੰਟਰਵਿਊ 'ਚ ANI ਦੀ ਜਿਹੜੀ ਸਿਮਤਾ ਪ੍ਰਕਾਸ਼ ਐਡੀਟਰ ਬੈਠੀ ਸੀ, ਉਹਨੇ ਕੋਈ ਕਾਊਂਟਰ ਕੁਐਸਚਨ ਕੀਤਾ? ਉਹਨੇ ਕਿਹਾ ਕਿ ਜੀ ਜਿਹੜੇ ਬੰਦਿਆਂ ਨੂੰ ਤੁਸੀਂ ED ਦੇ ਛਾਪਾ ਮਾਰਿਆ, ਉਹਨਾਂ ਨੂੰ ਤੁਸੀਂ, ਉਹਨਾਂ ਨੇ ਤੁਹਾਨੂੰ ਚੰਦਾ ਦਿੱਤਾ, ਤੁਸੀਂ ਉਹਨਾਂ ਨੂੰ ਠੇਕੇ ਦਿੱਤੇ, ਕਾਊਂਟਰ ਕੁਐਸਚਨ ਕੀਤਾ ਕੋਈ? ਕੋਈ ਕ੍ਰੋਸ ਕੁਐਸਚਨਿੰਗ ਨਹੀਂ। ਅਤੇ ਫਿਰ ਉਹਦਾ ਕੀ ਫਾਇਦਾ ਹੋਊਗਾ? ਫਾਇਦਾ ਤਾਂ ਹੋਊਗਾ ਕਿ ਉਹ ਚੈਨਲ ਜਿਹੜਾ ਸਵਾਲ ਕਰੇ, ਉਹ ਐਂਕਰ ਜਿਹੜਾ ਬਿਲਕੁਲ ਨਿਰਪੱਖ ਹੋ ਕੇ ਚੱਲੇ। ਹੁਣ ਤਾਂ ਐਂਕਰਾਂ ਦਾ ਹਾਲ ਇਹ ਹੋਇਆ ਪਿਆ, ਪਤਾ ਹੀ ਨਹੀਂ ਲੱਗਦਾ ਬਹੁਤ ਵਾਰ ਤਾਂ ਮੈਨੂੰ ਵੀ ਇਹ ਐਂਕਰ ਹੈ ਜਾਂ ਕਿਸੇ ਪਾਰਟੀ ਦਾ ਬੁਲਾਰਾ। ਨਿਰਪੱਖਤਾ ਤਾਂ ਬਿਲਕੁਲ ਹੀ ਖਤਮ ਹੋ ਗਈ। ਬਹੁਤ ਸਾਰੇ ਚੈਨਲ ਤਾਂ ਬਸ ਜੋ ਤੂੰ ਕਹਿੰਦਾ ਇਹਨੂੰ ਜੈਸਮੈਨ ਜਰਨਲਿਜ਼ਮ ਕਹਿੰਦੇ ਹਾਂ ਅਸੀਂ, ਜੈਸਮੈਨ ਜਰਨਲਿਜ਼ਮ, ਜਾਂ ਫਿਰ ਗੱਲ ਭੌਂਕੂ ਬਣੇ ਹੋਏ ਨੇ ਜਿਹਨੂੰ ਮੈਂ ਵਰਕਿੰਗ ਜਰਨਲਿਜ਼ਮ ਕਹਿਣਾ। ਤੂੰ ਕਿਸ ਕਿਸਮ ਦੀ ਗੱਲ ਹੋ ਰਹੀ ਹੈ? ਸਵਾਲ ਪੁੱਛਣਾ ਤੁਹਾਡਾ ਹੱਕ ਹੈ, ਸਵਾਲ ਪੁੱਛੋ। ਮੈਂ ਤਾਂ ਤੂੰ ਅਗਲੀ ਗੱਲ ਵੀ ਕਰਦਾ, ਇਕੱਲੇ ਹੀ ਨਾ ਸਵਾਲ ਪੁੱਛੋ। ਹੁਣ ਆਉਣ ਵਾਲੇ ਟਾਈਮ 'ਚ ਤੁਸੀਂ ਸਵਾਲਾਂ ਦੀ ਹੋਰ ਲਿਸਟ ਬਣਾਓ, ਇਕੱਲੇ ਇਕੱਲੇ ਉਮੀਦਵਾਰ ਬਾਰੇ। ਜਿਹੜਾ ਉਮੀਦਵਾਰ ਤੁਹਾਡੇ ਕੋਲ ਵੋਟ ਮੰਗਣ ਆਉਂਦਾ, ਉਹਦੀ ਉਮਰ ਕਿੰਨੀ ਹੈ? ਮੰਨ ਲਓ 60 ਸਾਲ ਦਾ। ਅੱਜ ਤੋਂ 40 ਸਾਲ 35 ਸਾਲ ਪਹਿਲਾਂ ਜਦੋਂ 25 ਸਾਲ ਦਾ ਸੀ, ਉਦੋਂ ਲਾ ਲਓ ਉਹਨੇ ਸ਼ੁਰੂ ਕੀਤਾ ਆਪਣਾ ਪੋਲੀਟੀਕਲ ਕੈਰੀਅਰ, ਉਸ ਵੇਲੇ ਉਹਦੇ ਕੋਲ ਕੀ ਸੀ? ਸਕੂਟਰ 'ਤੇ ਫਿਰਦਾ ਸੀ ਜਿਵੇਂ ਮੋਦੀ ਸਾਹਿਬ, ਜਾਂ ਖੱਟਰ ਫਿਰਦੇ ਸੀ? ਫਿਰ ਉਦੋਂ ਬਾਅਦ ਹੁਣ ਉਹਦੇ ਕੋਲ ਕੀ ਹੈ? ਉਹਦੇ ਕੋਲ ਕਿੰਨੇ ਸ਼ੋਰੂਮ ਨੇ, ਕਿੰਨੀ ਜਾਇਦਾਦ ਬਣਾ ਲਈ, ਕਿੰਨੀਆਂ ਟਰਾਂਸਪੋਰਟ ਆ ਉਹਦੇ ਕੋਲ, ਕਿੰਨੇ ਠੇਕੇ ਨੇ ਉਹਦੇ ਕੋਲ? ਇਹ ਸਾਰਾ ਕੁਛ ਤੁਸੀਂ ਪੁੱਛ ਲਓ। ਫਿਰ ਉਹਨੂੰ ਪੁੱਛੋ ਤੁਹਾਡੇ ਕੋਲ ਪੈਸਾ ਕਿੱਥੋਂ ਆਇਆ, ਫਿਰ ਤੁਹਾਨੂੰ ਉਹਦਾ ਪਤਾ ਲੱਗ ਜੂ ਇਮਾਨਦਾਰੀ ਕਿੰਨੀ ਕੁ। ਨਹੀਂ ਤਾਂ ਇਹਨੂੰ ਤੁਹਾਨੂੰ ਐਂ ਲੁੱਟੀ ਜਾਣਗੇ, ਕਿਉਂਕਿ ਤੁਸੀਂ ਚੋਣ ਲੜ ਨਹੀਂ ਸਕਣੀ, ਇੰਨੀ ਮਹਿੰਗੀ ਹੋ ਗਈ। ਇਹਨਾਂ ਨੇ ਤੁਹਾਨੂੰ ਫਾਰ ਗਰਾਂਟਡ ਲੈ ਲੈਣਾ ਅਤੇ ਫਿਰ ਗੱਲ ਇਸ ਤਰ੍ਹਾਂ ਹੀ ਰਹਿਣੀ ਹੈ। ਸੋ ਇਸ ਬਾਰੇ ਸੋਚਣ ਦੀ ਲੋੜ ਹੈ। ਹੁਣ ਇੰਨਾ ਹੀ, ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।